अज अपना हैगा बैक का वर्कआउट ते बेसिक बैक वर्कआउट आ ते आज मेरे भरा लाइए मेहनत आ ते आपां नूं गड्डी थोड़ी दूर पार्क करनी पैंदी है इस लई थोड़ा तुर के जाना पैंदा जिम तक नाले बैटर भी है क्योंकि जाके फिर उठा आपां वार्म अप नहीं करीदा ना आपां ट्रेडमिल नूं यूज करीदा ज्यादा ते आज फिर करिए शुरू करिए तुहानूं सारिआं नूं पता की आ अपनी जिम दी एंट्रेंस आ जी ऑप्शन जिम आ तुसीं देख सकदे ਗੱਡੀਆਂ ਬਹੁਤ ਸਾਰੀਆਂ ਮਸ਼ੀਨਾਂ ਬਟ ਆਪਾਂ ਨਹੀਂ ਕੋਈ ਮਸ਼ੀਨ ਯੂਜ਼ ਕਰਨੀ ਅਤੇ ਆ ਜਾਓ ਆਪਾਂ ਕਰੀਏ ਆਪਣਾ ਵਰਕਆਊਟ ਸ਼ੁਰੂ ਤੋਂ ਇੱਥੇ ਤੱਕ ਇਹਨਾਂ ਨੇ ਸਾਰੇ ਪਾਸੇ ਅਲੱਗ ਅਲੱਗ ਮਸ਼ੀਨਾਂ ਲੱਗ ਰੱਖੀਆਂ ਆਹ ਸਾਰਾ ਬੈਕ ਦਾ ਸੈਕਸ਼ਨ ਹੈ ਇੱਥੇ ਅਤੇ ਆਪਾਂ ਕਰੀਏ ਸ਼ੁਰੂ ਮਤਲਬ ਇੱਧਰ ਵੀ ਸਾਰੀਆਂ ਬੈਕ ਦੀਆਂ ਹੀ ਮਸ਼ੀਨਾਂ ਤੁਸੀਂ ਆਪ ਹਿਸਾਬ ਲਾ ਲਓ ਬੰਦਾ ਆਪ ਪਤਾ ਲੱਗ ਜਾਂਦਾ ਕਈ ਵਾਰ ਤਾਂ ਕਿਹੜੀ ਐਕਸਰਸਾਈਜ਼ ਲਾਣੀ ਹੈ ਅਤੇ ਕਿਹੜੀ ਮਸ਼ੀਨ 'ਤੇ ਬੈਠੀਏ ਬਾਕੀ ਲੈਟ ਪਾਉਣ ਕੋਲ ਡਾਊਨ ਦੀਆਂ ਤਾਂ ਇਹਨਾਂ ਨੇ ਤਿੰਨ ਤਿੰਨ ਚਾਰ ਚਾਰ ਮਸ਼ੀਨਾਂ ਲੱਗ ਰੱਖੀਆਂ ਨੇ ਕੋਈ ਇੱਕ ਦੋ ਜਾਂ ਤਿੰਨ ਅਤੇ ਚਾਰ ਤੁਸੀਂ ਇੱਥੋਂ ਹੀ ਸਟਾਰਟ ਕਰਦੇ ਹਾਂ ਸੋ ਗਿਆ ਹੈ ਕਿ ਲੈਟ ਪੁੱਲ ਡਾਊਨ ਤੁਸੀਂ ਆਹ ਰੋਡ ਦੇ ਬਾਰੇ ਥੋੜ੍ਹਾ ਵਰੀ ਨਾ ਕਰਿਓ ਕਿਉਂਕਿ ਹਰ ਇੱਕ ਜਿਮ 'ਚ ਇੱਦਾਂ ਦੀ ਰੋਡ ਹੁੰਦੀ ਹੈ ਅਤੇ ਉਹ ਮੈਂ ਤੁਹਾਨੂੰ ਰੋਡ ਹਾਂ ਇਸ ਤਰ੍ਹਾਂ ਦੀ ਰੋਡ ਕੁਛ ਇਹ ਜਿਹੜੀ ਰੋਡ ਆ ਨਾ ਇੱਦਾਂ ਦੀ ਰੋਡ ਇਹ ਸੇਮ ਵੇਰੀਏਸ਼ਨ ਹੀ ਹੋ ਜਾਂਦਾ ਇਹਨਾਂ ਦੋਨਾਂ ਦਾ ਸੋ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹਾਂ ਇਹਨੂੰ ਰਿਪਲੇਸ ਕਰਕੇ ਜੋ ਨਹੀਂ ਹੈਗੀ ਤਾਂ ਆਹ ਤੁਸੀਂ ਜਿਹੜੀ ਬਾਰ ਨੋਰਮਲ ਹੈਗੀ ਇਹ ਯੂਜ਼ ਕਰੋ ਅਤੇ ਸਟਾਰਟ ਕਰੋ ਤਿੰਨ ਐਕਸਰਸਾਈਜ਼ਾਂ ਅਤੇ 15-15 ਰੈਪ ਕਾਊਂਟ ਸੋ ਆਪਾਂ ਕੀ ਕਰਨਾ ਜਿਹੜੀ ਸਾਡੀ ਬੈਕ ਆ ਉਹ ਆਹ ਪੋਜੀਸ਼ਨ ਤੋਂ ਜ਼ਿਆਦਾ ਮੂਵ ਨਹੀਂ ਹੋਣੀ ਚਾਹੀਦੀ ਗ੍ਰਿਪ ਕਰ ਲਓ ਤੁਸੀਂ ਇਹਨੂੰ ਅਤੇ ਖਿੱਚ ਕੇ ਚੈਸਟ ਤੋਂ ਥੋੜ੍ਹਾ ਜਿਹਾ ਉੱਪਰ ਇਹਨੂੰ ਤੁਸੀਂ ਲੈ ਕੇ ਆਉਣਾ ਫਿਰ ਸਲੋ ਅਪ 2 3 4 5 ਚਲੋ ਵੀ ਆਪਣੀ ਪਹਿਲੀ ਐਕਸਰਸਾਈਜ਼ ਹੋ ਗਈ ਖਤਮ ਆ ਅਤੇ ਦੂਸਰੀ ਐਕਸਰਸਾਈਜ਼ ਆ ਗਈ ਆ ਦੂਸਰੀ ਐਕਸਰਸਾਈਜ਼ ਕੀ ਆ ਜਿੱਦਾਂ ਆਪਾਂ 20 ਵਾਰ 'ਤੇ ਆਪਾਂ ਪੁੱਲ ਡਾਊਨਸ ਲਾਈ ਰਹੇ ਹਾਂ ਸੇਮ ਮੇਰੇ ਕੋਲ ਆਪਸ਼ਨ ਹੈਗਾ ਮਸ਼ੀਨ ਦਾ ਅਤੇ ਮਸ਼ੀਨ 'ਤੇ ਥੋੜ੍ਹੀ ਜਿਹੀ ਇਹ ਐਕਸਰਸਾਈਜ਼ ਗੁੱਡ ਹੋ ਜਾਂਦੀ ਆ ਜਿਹਨਾਂ ਦੀ ਜਿਮ ਦੇ ਵਿੱਚ ਇਹ ਮਸ਼ੀਨ ਨਹੀਂ ਹੈਗੀ ਜਿਹੜੀ ਤੁਹਾਡੀ ਨੋਰਮਲ ਮਸ਼ੀਨ ਹੈ ਜਿੱਥੇ ਤੁਸੀਂ ਲੈਟ ਪੁੱਲ ਡਾਊਨ ਕੀਤਾ ਉੱਥੇ ਤੁਸੀਂ 20 ਵਾਰ ਪਾ ਕੇ ਉਹਨੂੰ ਤੁਸੀਂ ਪੁੱਲ ਡਾਊਨ ਕਰ ਸਕਦੇ ਹਾਂ ਬਟ ਮੈਂ ਤਾਂ ਇੱਥੇ ਕਰੂੰਗਾ ਕਿਉਂਕਿ ਆਪਣੇ ਕੋਲ ਇਹ ਥੋੜ੍ਹਾ ਆਪਸ਼ਨ ਵਧੀਆ ਜੇ ਮੈਂ ਕਿਸੇ ਮੇਰੇ ਭਰਾ ਨੂੰ ਨਹੀਂ ਪਤਾ ਲੱਗਿਆ ਤਾਂ ਮੈਨੂੰ ਦੱਸ ਸਕਦਾ ਆਪਾਂ ਉਹਨੂੰ ਐਕਸਪਲੇਨ ਕਰ ਦੇਵਾਂਗੇ ਕਿੱਦਾਂ 20 ਵਾਰ ਕਿੱਦਾਂ ਡਾਊਨ ਲਾਈਵ ਲੈਟ ਪੁੱਲ ਡਾਊਨ ਸੋ ਲੈਟ ਪੁੱਲ ਡਾਊਨ ਆਹ ਵਾਲੀ ਜਿਹੜੀ ਕਲੋਜ਼ ਗ੍ਰਿਪ ਆ ਇੱਥੇ ਕੀ ਕਰਨਾ ਆਪਾਂ ਚੈਸਟ ਅਪ ਸਲੋ ਡਾਊਨ ਮਸ਼ੀਨ 'ਤੇ ਹਮੇਸ਼ਾ ਤੁਸੀਂ ਕੰਟਰੈਕਟ ਜ਼ਿਆਦਾ ਕਰਨਾ ਕਿਉਂਕਿ ਮਸ਼ੀਨ ਜ਼ਿਆਦਾ ਪ੍ਰੈਸ਼ਰ ਨਹੀਂ ਲੈਂਦੀ ਆ ਮਸਲ 2 ਇਸੇ ਤਰ੍ਹਾਂ ਤੁਸੀਂ ਲਾਉਣੇ ਆ 3 ਸੈੱਟ 15-15 ਰੈਪਸ 3 4 ਤੁਹਾਡੀ ਤੀਸਰੀ ਐਕਸਰਸਾਈਜ਼ ਹੈਗੀ ਆ ਲੋਅਰ ਰੋ ਲੋਅਰ ਰੋ ਦੇ ਵਿੱਚ ਕੀ ਆ ਤੁਸੀਂ ਜਿਹੜੀ ਰੋਡ ਆ ਉਹ ਕੋਈ ਵੀ ਪਾ ਸਕਦੇ ਆ ਨੋ ਪ੍ਰੋਬਲਮ ਬਟ ਮੈਂ ਆਹ ਜਿਹੜੀ ਆਹ ਰੋਡ ਆ ਇਹੀ ਯੂਜ਼ ਕਰੂੰਗਾ ਇਹਦੇ ਲਈ ਅਤੇ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਆ ਵੇਟ ਆਪਣੇ ਹਿਸਾਬ ਨਾਲ ਪਾ ਕੇ ਤੁਸੀਂ ਪਹਿਲਾਂ ਆਪਣੇ ਆਪ ਨੂੰ ਪੂਰਾ ਸੈੱਟ ਕਰ ਲੈਣਾ ਦੈਨ ਚੈਸਟ ਅਪ ਅਤੇ ਲੋਅਰ ਬੈਕ ਆਰਸਟ ਫਿਰ ਇਹਨੂੰ ਖਿੱਚਣਾ 1 2 3 ਟਿਲ ਐਂਡ ਤੱਕ ਇਹਦਾ 4 5 6 7 8 9 10 11 ਸੋ ਇਹਦੇ ਨਾਲ ਕੀ ਆ ਸਾਡੀ ਜਿਹੜੀ ਓਵਰਆਲ ਬੈਕ ਆ ਉਹ ਬਿਲਡ ਅਪ ਹੋਊਗੀ ਤੁਹਾਨੂੰ ਪਤਾ ਮੈਂ ਜਿਮ ਨੂੰ ਸਮਾਰਟ ਜਿਮ ਕਿਉਂ ਕਹਿੰਦਾ ਕਿਉਂਕਿ ਇੱਥੇ ਦੇ ਜਿਹੜੇ ਇਕਵਿਪਮੈਂਟਸ ਆ ਇੱਥੇ ਦੀਆਂ ਜਿਹੜੀਆਂ ਮਸ਼ੀਨਾਂ ਆ ਉਹ ਹੈਗੀਆਂ ਤਾਂ ਐਡਵਾਂਸ ਲੈਵਲ ਆ ਪਰ ਹੁਣ ਕਈ ਜਿਹੜੇ ਬੰਦੇ ਨਵਾਂ ਨਵਾਂ ਜੁਆਇਨ ਕਰਦੇ ਆ ਉਹ ਭੰਬੜ ਭੁੱਸੇ 'ਚ ਪੈ ਜਾਂਦੇ ਆ ਸੋ ਆਪਣੀ ਇਹ ਗੱਲਾਂ ਛੱਡ ਕੇ ਹੁਣ ਆਪਾਂ ਇਹਨੇ ਐਕਸਰਸਾਈਜ਼ 'ਤੇ ਚੌਥੀ ਐਕਸਰਸਾਈਜ਼ ਆ ਇਹ ਹੈਗੀ ਬੈਂਟ ਓਵਰ ਰੋ ਸੋ ਕਰਨੀ ਤਾਂ ਆਪਾਂ ਬਾਹਰ 'ਤੇ ਸੀ ਪਰ ਬਾਹਰ ਆਹ ਥੱਲ ਆਪਣੇ ਫਸਟ ਫਲੋਰ 'ਤੇ ਨਹੀਂ ਹੈਗਾ ਸਾਨੂੰ ਉਹਦੇ ਲਈ ਸੈਕਿੰਡ ਫਲੋਰ 'ਤੇ ਜਾਣਾ ਪੈਣਾ ਸੋ ਆਪਾਂ ਉੱਥੇ ਨਹੀਂ ਕਰਨਾ ਸਾਡੇ ਕੋਲ ਇਹਦਾ ਵੇਰੀਏਸ਼ਨ ਹੈਗਾ ਆਹ ਮਸ਼ੀਨ ਸੋ ਇਹਨੂੰ ਆਪਾਂ ਕਰ ਲਈਏ ਫੋਲਡ ਠੀਕ ਹੈ ਜੀ ਕਰਨਾ ਕੀ ਆ ਤੁਸੀਂ ਇਸ ਤਰ੍ਹਾਂ ਖੜ੍ਹੇ ਹੋ ਜਾਣਾ ਠੀਕ ਹੈ ਜੀ ਬੈਂਡ ਹੋ ਜਾਣਾ ਬੈਂਡ ਹੋਣ ਤੋਂ ਬਾਅਦ ਵੇਟ ਪਹਿਲਾਂ ਪ੍ਰੋਪਰ ਤੁਸੀਂ ਲੈਣਾ ਇਹੀ ਚੀਜ਼ ਤੁਸੀਂ ਬਾਰ 'ਤੇ ਕਰਨੀ ਆ ਠੀਕ ਆ ਬੈਂਡ ਹੋ ਕੇ ਆਲ ਦਾ ਵੇ ਅਪ 1 2 3 4 5 6 ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ
कि जिहड़ी तुहाडी लोअर बैक आ उह आर्च रहिणी चाहीदी आ तां जो तुसीं इंजर्ड ना होवो। टाइट रखो उहनूं ते बस खिच के लाओ एक्सरसाइज़ दे। इहदे विच वी 3 सैट आ 15-15 रैप्स आ। लो जी हैगी अपनी आखिरी एक्सरसाइज़, ये हैगी लोअर बैक दे लई बैक एक्सटेंशन। सो ये तुसी करना की है, सब तो पहला जो बेसिक चीज़ तो जो जिसे तुम ज़्यादा ध्यान रखना, जो तुम मशीन पर खड़े हो जो थोड़े खुले आ ये फ्री होने चाहिए, मतलब ये सपोर्ट नहीं आनी चाहिए कोई भी इस चीज़ की। सो खड़े हो जाओ, स्लो डाउन अप, होल्ड करना उपर जाके एक सैकेंड, अप 3। इस तरह तुम ये 15 लाने, 15 तो 3 सैट। सो दिस इज एंड ऑफ अवर वर्कआउट। इस तो बाद जिहड़ी तुसी चीज़ पीनी आ, प्रोटीन पीना, तुसी चिकन खाना, जो भी खाना खाओ पियो, ऐश करो मित्रो। तो मिलते हैं तुहानू अगली वीडियो च, उस तक लई अपना ध्यान रखो, बाय बाय। प्रोटीन जिहड़ा कि इहदे विच, सो प्रोटीन तो बाद आपां 200 grams ऑफ चिकन ते 100 grams ऑफ राइस ये खाने, क्योंकि आपां थोड़ा जिहा स्ट्रेट करना हुण बॉडी नूं, आ जिहड़े तुहानू कट कुट आए थोड़े ज़्यादा क्लीयर दिखण लग पूगे। सो मिलते हो थानू अगली वीडियो च, अगली वीडियो हैगी अपनी शोल्डरस दे लई, ते वो आपां वीडियो जल्दी बना के अपलोड करांगे। मिलते हैं।